हाँ जी गाइस वेलकम बैक टू द अनदर वीडियो। मैं ਤੁਹਾਡਾ ਆਪਣਾ ਦੀਪ ਪੰਜਾਬ ਵਲੌਗ ਸਵਾਗਤ ਤੁਹਾਡੇ ਕਨਾਮੇ ਵਲੌਗ ਦੇ ਵਿੱਚ। ਆਹ ਵਲੌਗ ਦੇ ਵਿੱਚ ਅਸੀਂ ਜਾਵਾਂਗੇ ਭਗਤ ਨਾਮਦੇਵ ਜੀ ਦੇ ਮੰਦਿਰ, ਤੇ ਮੈਂ ਕਿਹਾ ਸੋਚਿਆ ਚਲੋ ਵਲੌਗ ਬਣਾ ਲੈਂਦੇ ਆ। ਨਾਲੇ ਪਹਿਲਾਂ ਇੱਥੇ ਅਸੀਂ ਕੋਈ ਹੈ ਨਹੀਂ ਸੀਗਾ ਚੈਨਲ ਵਗੈਰਾ ਆਪਣਾ ਕੋਈ ਦਿਖਾਉਣ ਜੋਗਾ, ਤੇ ਹੁਣ ਆਪਾਂ ਚੱਲ ਵਲੌਗ ਤੁਹਾਨੂੰ ਵੀ ਨਾਲ ਦਰਸ਼ਨ ਕਰਾਉਂਦੇ ਨੇ ਨਾਲ ਤੇ ਨਾਲ ਮੇਰੇ ਮਨਵੀਰ ਉਹੀ ਪਹਿਲਾਂ ਵਾਂਗੂ ਹਾਏ ਗੱਲਿਆ ਕਰ ਹਾਏ ਹਾਤਿਆਂ ਨਾਲ ਕਰ। ਹਾਂਜੀ ਕਿੱਦਾਂ ਦੋਸਤੋ, ਕਹਿ ਥੋੜਾ ਸੰਗਦਾ ਆ ਯਾਰ ਇਹ ਤੇ ਠੀਕ ਆ। ਮਿੱਤਰੋ ਵਲੌਗ ਦੇਖੋ, ਇੰਜੋਏ ਕਰੋ ਤੁਸੀਂ। ਵਲੌਗ ਆਪਾਂ ਤਿੰਨ ਵਲੌਗ ਅਪਲੋਡ ਕਰਦੇ ਆ, ਇੱਕ ਤਾਂ ਆਪਣਾ ਜਿਹੜਾ ਜਲੰਧਰੋਂ ਤੁਰਦੇ ਦਾ, ਦੂਜਾ ਲੋਕਲ ਗੁਰਦੁਆਰੇ ਦਾ, ਤੇ ਇੱਕ ਹੋਰ ਆਪਾਂ ਅੱਜ ਨਾਨਕ ਘੇਰੇ ਵਾਲਾ ਵਲੌਗ ਅਪਲੋਡ ਕਰ ਦਿੱਤਾ ਵਾ, ਤੇ ਕੱਲ੍ਹ ਆਪਾਂ ਸੱਚਖੰਡ ਸਾਹਿਬ ਦਾ ਕਰ ਦਾਂਗੇ ਵਲੌਗ ਅਪਲੋਡ, ਤੇ ਐਡਿਟ ਕਰ ਰਹੇ ਹਾਂ ਆਪਾਂ ਉਹ ਵੀ। ਠੀਕ ਆ ਜੀ, ਦੇਖੋ ਤੁਸੀਂ ਵਲੌਗ ਕਰੋ। ਹਾਂਜੀ ਮਿੱਤਰੋ, ਅਸੀਂ ਪਹੁੰਚੇ ਸੀਗੇ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ। ਇਹ ਗੁਰਦੁਆਰਾ ਭਗਤ ਨਾਮਦੇਵ ਜੀ ਦੇ ਰਸਤੇ ਵਿੱਚ ਆਉਂਦਾ ਵਾ, ਜਦੋਂ ਆਪਾਂ ਜਾਂਦੇ ਹਾਂ ਨਾਮਦੇਵ ਜੀ ਦੇ ਗੁਰਦੁਆਰੇ ਵੱਲ, ਤੇ ਮੱਥਾ ਅਸੀਂ ਟੇਕ ਲਿਆ ਵਾ। ਮੱਥਾ ਟੇਕ ਕੇ ਤੇ ਹੁਣ ਸਾਡੇ ਘਰ ਦੇ ਮੈਨੂੰ ਲੱਗਦਾ ਚਾਹ ਪੀਣ ਲੱਗੇ ਆ ਮਾੜੀ। ਚਾਹ ਪੀ ਕੇ ਤੇ ਫਿਰ ਅਸੀਂ ਕਰਦੇ ਹਾਂ ਆਪਣੀ ਜਰਨੀ ਬਿਗਿਨ ਭਗਤ ਨਾਮਦੇਵ ਜੀ ਵੱਲ, ਉਹਨਾਂ ਦਾ ਮੰਦਿਰ ਅੱਗੇ ਆਉਣਾ ਵਾ। ਰਾਹ 'ਚ ਦੋ ਤਿੰਨ ਗੁਰਦੁਆਰੇ ਹੋਰ ਹੈਗੇ, ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ। ਠੀਕ ਆ ਜੀ, ਕਰੋ ਵਲੌਗ ਇੰਜੋਏ, ਦੇਖੋ ਤੁਸੀਂ ਏਰੀਆ ਪਤਾ ਨਹੀਂ ਕਿਹੜਾ ਇਹ ਪੈਂਦਾ ਵਾ, ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ। ਚਲੋ ਠੀਕ ਆ, ਕੋਈ ਨਾ। ਅਤੇ ਆਹ ਆਪਣੇ ਡਰਾਈਵਰ ਵੀਰ ਮੇਰਾ ਵੀਰ ਨਰਾਇਣ, ਤੇ ਇਹਦੀ ਗੱਡੀ ਸੱਚਖੰਡ ਸਾਹਿਬ ਦੇ ਬਾਹਰ ਲੱਗਦੀ ਹੈ। ਨਰਾਇਣ ਆਪਣਾ ਨਾਮ ਬਤਾ ਦੇ, ਦੱਸ ਦੇ ਕਿੱਥੇ ਗੱਡੀ ਖੜਾਉਣਾ ਵਾ। ਲੰਗਰ ਸਾਹਿਬ ਦੇ ਮੂਹਰੇ, ਲੰਗਰ ਸਾਹਿਬ ਦੇ ਮੂਹਰੇ ਗੱਡੀ ਲੱਗਦੀ ਆ। ਆ ਇਸਦਾ ਕੰਟੈਕਟ ਨੰਬਰ ਤੁਹਾਨੂੰ ਦਿਖਾ ਦਿੰਦੇ ਆ, ਜਿਹਨੇ ਵੀ ਬੁੱਕ ਕਰਵਾਉਣੀ ਆ ਬਹੁਤ ਵਧੀਆ ਰੇਟ ਆ ਭਰਾ ਦਾ। ਆ ਲਓ ਆਹ ਨੰਬਰ ਆ। ਹਾਂਜੀ ਆਹ ਹੈ ਜੀ ਗੁਰਦੁਆਰੇ ਦਾ ਇਤਿਹਾਸ, ਦੇਖ ਲਓ ਤੁਸੀਂ, ਪੌਜ਼ ਕਰਕੇ ਰੀਡ ਕਰ ਲਿਓ। ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਹੈਗਾ ਜੀ ਇਹ, ਦੇਖ ਲਓ ਤੁਸੀਂ। ਲੰਗਰ ਸਥਾਨ ਬਾਬਾ ਮਹਾਰਨਾਮ ਸਿੰਘ ਜੀ ਭਗਤ ਨਾਮਦੇਵ ਦੇਹੁਰਾ। ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ, ਹੁਣ ਇੱਥੇ ਕਰਦੇ ਦਰਸ਼ਨ ਮੇਲੇ। ਇਹ ਵੀ ਦੂਜਾ ਗੁਰਦੁਆਰਾ ਆਇਆ ਵਾ ਆਪਣੀ ਜਰਨੀ ਦੇ ਵਿੱਚ ਵਿੱਚ। ਨਰਾਇਣ ਵੀਰ ਆਪਣਾ ਡਰਾਈਵਰ ਵੀਰ ਇੱਥੇ ਰੱਖ, ਸਾਹਮਣੇ ਪਹਾੜ ਦਾ ਵਿਊ ਬੱਦਲ ਉੱਤੇ। ਮੱਥਾ ਟੇਕਣ ਜਾਂਦੇ ਹਾਂ ਅੰਦਰ ਆ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ। ਠੀਕ ਆ ਜੀ, ਮੱਥਾ ਟੇਕ ਕੇ ਤੁਹਾਨੂੰ ਮਿਲਦੇ ਹਾਂ ਅੰਦਰ ਜਾ ਕੇ। ਅਸੀਂ ਲੰਗਰ ਛਕ ਲਿਆ ਵਾ। ਆਹ ਰੋਡ ਜਿਹੜਾ ਸਿੱਧੂ ਨੂੰ ਜਾਂਦਾ, ਆਹ ਔਰੰਗਾਬਾਦ ਨੂੰ ਜਾਂਦਾ ਵਾ ਲਿਖਿਆ ਹੋਇਆ ਵਾ। ਆਹ ਹਾਈਵੇ ਆਪਾਂ ਆਏ ਹਾਂ ਉਹ ਵਾਲੇ ਹਾਈਵੇ ਤੋਂ ਸਿੱਧਾ ਜਾਣਾ। ਹੁਣ ਇੱਥੋਂ 2 ਕਿਲੋਮੀਟਰ ਦੂਰੀ 'ਤੇ ਮੰਦਿਰ ਆ ਭਗਤ ਨਾਮਦੇਵ ਜੀ ਦਾ, ਅਤੇ ਹੁਣ ਅਸੀਂ ਉੱਧਰ ਮੱਥਾ ਟੇਕਣ ਜਾਵਾਂਗੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਨਾਲ ਨਾਲ ਕਰਾਉਣੇ ਦਰਸ਼ਨ। ਠੀਕ ਆ ਜੀ, ਅਤੇ ਬਾਕੀ ਹੁਣ ਮੌਸਮ ਬਹੁਤ ਵਧੀਆ ਆ, ਹਵਾ ਚੱਲ ਰਹੀ ਆ ਠੰਡੀ ਠੰਡੀ, ਲੰਗਰ ਛਕ ਲਿਆ, ਲੰਗਰ ਬੜਾ ਸਵਾਦ ਸੀ। ਹਾਂਜੀ ਮਿੱਤਰੋ ਪਹੁੰਚ ਚੁੱਕੇ ਹਾਂ ਮੰਦਿਰ ਭਗਤ ਨਾਮਦੇਵ ਜੀ, ਜਿਹਦੀ ਦੇਖਿਆ ਸੀਗਾ ਫੋਟੋਆਂ ਵਿੱਚ। ਚਲੋ ਹੁਣ ਅੰਦਰ ਜਾਂਦੇ ਹਾਂ, ਦਰਸ਼ਨ ਕਰਾਉਂਦੇ ਨਾ ਨਾਲ ਨਾਲ। ਠੀਕ ਹੈ ਜੀ, ਮਿਲਦੇ ਹਾਂ, ਪਤਾ ਨਹੀਂ ਕੀ ਲਿਖਿਆ। ਓਕੇ ਅੰਦਰ ਜਾਂਦੇ, ਪਹਿਲਾਂ ਜੋੜੇ ਲਾ ਕੇ ਮੱਥਾ ਟੇਕਦੇ ਹਾਂ। ਭਗਤ ਨਾਮਦੇਵ ਜੀ ਚੱਕੀ ਸਥਾਨ, ਇਹ ਚੱਕੀ ਸਥਾਨ ਆ ਜੀ। ਠੀਕ ਆ ਜੀ, ਇਹਦੇ ਚੱਕੀ ਘੁੰਮਦੀ ਆ, ਤੁਹਾਨੂੰ ਅੰਦਰੋਂ ਦੱਸਦੇ ਹਾਂ ਫਿਰ ਕੀ ਹਿਸਾਬ ਕਿਤਾਬ। ਹਾਂ ਚੱਕੀ ਜਿਹੜੀ ਬਾਬਾ ਜੀ ਨੇ ਚਲਾਈ ਸੀ 3 ਦਿਨ। ਠੀਕ ਆ ਜੀ, ਇੱਥੇ ਜੋ ਵੀ ਵਿਸ਼ ਆਪਣੀ ਹੋਊਗੀ ਉਹ ਪੂਰੀ ਕਰ ਸਕਦੇ ਆ ਚੱਕੀ ਘੁੰਮਾ ਕੇ। ਠੀਕ ਆ ਜੀ, ਘਰ ਦੇ ਮੱਥਾ ਟੇਕ ਰਹੇ ਹਾਂ ਅਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਚੱਕੀ ਘੁੰਮਾ ਕੇ। ਤੁਸੀਂ ਚੱਕੀ ਦੇਖੀ ਪਹਿਲਾਂ ਜਿੱਦਾਂ ਵਲੌਗ ਵਿੱਚ, ਆਹ ਆਪਾਂ ਆ ਗਏ ਹਾਂ ਜਿਹੜਾ ਮੰਦਿਰ ਬਾਬਾ ਜੀ ਨੇ ਮੂੰਹ ਘੁੰਮਾ ਦਿੱਤਾ ਸੀਗਾ ਮੰਦਿਰ ਦਾ, ਉਹ ਵਾਲਾ ਮੰਦਿਰ ਆ। ਆਹ ਥੱਲੇ ਸਰੋਵਰ ਦਾ ਵੀ ਥੋੜ੍ਹਾ ਜਿਹਾ, ਅਤੇ ਪੜ੍ਹਾਈ ਵਿੱਦਿਆ ਦਾ ਸਿਹਤ ਤੰਦਰੁਸਤੀ ਕੇ ਲਈ, ਚੜ੍ਹਤੀ ਕਲਾ ਕੇ ਲਈ, ਖੇਤੀ ਬਾੜੀ ਮੇਂ ਨਾਲ ਕੋਈ ਧੰਦਾ ਮੈਂ ਬਿਜ਼ਨਸ ਮੇਂ ਕਾਰੋਬਾਰ ਮੇਂ ਯਾ ਕੋਈ ਇਧਰ ਪਾ ਦੋ ਬੇਟਾ ਚਰ ਨਾ ਨਹੀਂ ਕੋਈ ਇਧਰ ਪਾ ਦੋ ਪੂਰਾ ਨਹੀਂ ਅਸਰਦਾ ਕੀ ਬਾਤ ਹੈ ਅਸਰਦਾ ਸੇ ਪਾਣਾ ਜੋ ਵੀ ਪਾਣਾ ਸੇ ਪੜ੍ਹਾਈ ਇਹ ਹੈ ਉਹ ਮੰਦਿਰ ਜਿਸ ਦਾ ਫੇਸ ਘੁਮਾ ਦਿੱਤਾ ਸੀਗਾ ਪਹਿਲਾਂ ਇਧਰ ਨੂੰ ਮੂੰਹ ਸੀਗਾ ਉਧਰ ਨੂੰ ਮੂੰਹ ਕਰ ਦਿੱਤਾ ਗਿਆ ਜੋ ਕਿ ਭਗਤ ਨਾਮ ਦੇ ਵਿੱਚ ਭਗਤੀ ਕਰਕੇ ਕਰਦੇ ਸਾਰੇ ਇਤਿਹਾਸ ਦੱਸ ਦਿੰਦੇ ਆ ਮੰਦਿਰ ਦਾ। ਪਹਿਲਾਂ ਅਸੀਂ ਮੱਥਾ ਟੇਕ ਲਈਏ। ਠੀਕ ਹੈ ਜੀ, ਸਾਰੀ ਸੰਗਤ ਆਈ ਆ ਮੱਥਾ ਟੇਕ ਰਹੀ ਆ। ਠੀਕ ਹੈ, ਪਹਿਲਾਂ ਦੇਖ ਸਕਦੇ ਆ ਤੁਸੀਂ ਆਹ ਮੰਦਿਰ ਦਾ ਵਿਊ ਆ। ਠੀਕ ਹੈ ਜੀ, ਅਤੇ ਫੈਮਿਲੀ ਵੀ ਆ ਰਹੀ ਆ। ਚੱਲ ਚੱਲ ਆ ਜਾਓ ਆ ਜਾਓ ਆ ਜਾਓ ਮੰਦਿਰ ਦੇ ਅੰਦਰ ਵਾਲੇ ਜਾਣਦੇ ਆ ਰਸਤਾ।
जी अंदर ला व्यू तुम दिखा दें मंदिर के मंदिर का अंदर ला व्यू देख लो तुम अंदर मत्था टेकन जाने मंदिर जिथे बाबा जी ने पूजा की थी। ठीक है जी हुण बाहर आ गए। ठीक है जी हाँ जी हाँ जी सो ठीक है जी। ये यार पैर बहुत सड़ते चप्पल पा के आया करो धुप बहुत आ सी पूजा दर्शन फेस्टिवल दर्शन ओके। ठीक है आगा मंदिर का व्यू होप तुम वधिया लगा होगा। ठीक है मिलते हैं हम वापस चलते हैं। मंदिर का व्यू मंदिर बनया सोहना है पत्थर जहा बहुत सोहना है उपर वाइट कलर किया थले ब्लैक कलर ग्रे साइड से मूर्तियां बनिया हुई वा तो मौसम भी वधिया वा हवा चल रही है ठंडी ठंडी तो बस हम वापस चलते हैं गड्डी वालों। ब्लॉग देखो तुम करो इंजॉय क्लोज तो जाके दिखा वा आखो आ थले त्रिगड़ा आई हुई ना ਇੱਦਾਂ ਮੰਦਰ ਦਾ ਮੂੰਹ ਕੋਈ ਮੈਸੀ ਪਹਿਲਾਂ ਮੰਦਰ ਦਾ ਮੂੰਹ ਇੱਧਰ ਨੂੰ ਫਰੰਟ ਵਾਲੂ ਸੀਗਾ ਅਤੇ ਫਿਰ ਜਦੋਂ ਭਗਤ ਨਾਮਦੇਵ ਜੀ ਨੇ ਭਗਤੀ ਕੀਤੀ ਅਤੇ ਆਹ ਮੰਦਰ ਦਾ ਮੂੰਹ ਦੇਖੋ ਥੱਲੇ ਥੱਲੇ ਨਾ ਡਾਊਨ 'ਤੇ ਉਹ ਦੇਖੋ ਤ੍ਰਿਗੜਾਂ ਆਈਆਂ ਪਈਆਂ ਉਹ ਦੇਖੋ ਮੰਦਰ ਤੋਂ ਮੂੰਹ ਉੱਧਰ ਨੂੰ ਘੁੰਮ ਗਿਆ ਸੀਗਾ ਪਿਛਲੇ ਸਾਈਡ ਨੂੰ ਦੇਖ ਸਕਦੇ ਤੁਸੀਂ ਉਹ ਦੇਖੋ ਸਾਰੇ ਬੰਨੇ ਇੱਦਾਂ ਹੀ ਆ ਥੱਲੇ ਥੱਲੇ ਤੱਕ ਸੋ ਇਹ ਮੈਂ ਗੱਲ ਭੁੱਲ ਗਿਆ ਸੀਗਾ ਇਹੀ ਗੱਲ ਮੈਂ ਕਿਹਾ ਉਹ ਦੇਖੋ ਵਿੱਚ ਸਾਰਾ ਕੁਛ साफ साफ दिख रहा वा। हाँ जी वाहगुरु जी हूँ आप इतिहास दसन जा रहे हैं इस भगत नामदेव जी मंदिर का। हाँ जी अमित भाजपा दसन जा रहे हैं नहीं ये जो मंदिर से यह पांडव ने बनाया महाभादरी टाइम का 5500 साल पुराना मंदिर आ मतलब कि 2000 साल आ पिछे उस तो भी 300-3500 साल पिछे बहुत ज़्यादा पुराना मंदिर से जोड़ा उपला साइड देखे ना जितने वाइट कलर दिता है उपर ਇਹ ਮੁਗਲਾਂ ਨੇ ਤੋੜ ਦਿੱਤਾ ਸੀਗਾ। ਅੱਛਾ ਇਹ ਦੁਬਾਰਾ ਬਣਾਇਆ ਗਿਆ ਜਿਹੜਾ ਥੱਲੜਾ ਹਿੱਸਾ ਆ ਮੰਦਿਰ ਦਾ ਉਹ ਪੁਰਾਣਾ ਬਣਿਆ ਹੋਇਆ ਆ। ਤੇ ਇਹ ਜਿਹੜਾ ਮੰਦਿਰ ਦਾ ਪਹਿਲਾਂ ਮੂੰਹ ਸੀਗਾ ਇੱਧਰ ਚੜ੍ਹਦੇ ਵੱਲ ਹੁੰਦਾ ਸੀਗਾ ਤੁਸੀਂ ਦੇਖਿਆ ਮੰਦਿਰ ਦਾ ਪਿੱਛੇ ਨੂੰ ਪਹਿਲਾਂ ਇੱਧਰ ਨੂੰ ਹੁੰਦਾ ਸੀਗਾ ਪਰ ਭਗਤ ਨਾਮਦੇਵ ਜੀ ਉਹਦੇ ਵਿੱਚ ਆਏ ਸੀਗੇ ਤੁਹਾਨੂੰ ਪਤਾ ਕਿ ਨੀਵੀਂ ਜਾਤ ਸੀਗੇ ਬਿਲੋਂਗ ਕਰਦੇ ਸੀਗੇ ਠੀਕ ਹੈ ਨਾ ਤੇ ਸ਼ੂਦਰਾਂ ਵਿੱਚ ਗਿਣੇ ਜਾਂਦੇ ਸੀਗੇ ਜਦੋਂ ਉਹ ਰੱਬ ਦਾ ਨਾਮ ਲੈਂਦੇ ਜਾਂਦੇ ਇੱਧਰ ਆਏ ਸੀ ਮੰਦਿਰ ਵਿੱਚ ਤੇ ਅੰਦਰ ਜਦੋਂ ਗਏ ਮੰਦਿਰ ਦੇ ਤੇ ਪੰਡਤਾਂ ਨੇ ਉੱਥੋਂ ਫੇਰ ਕੱਢ ਕੇ ਧੱਕੇ ਮਾਰ ਕੇ ਬਾਹਰ ਕੱਢਤਾ परमात्मा ये चीज देखता परमात्मा फिर अपने प्यारे कह दिए मंदिर का मूह घुमा के भगत नाम जी वाले साइड कर निशानियां है क्या पता मंदिर का मूह घुमया होया नहीं नहीं मैं रिकॉर्ड की देखा त्रेड़ा आई हुई मंदिर के चढ़दे वल हुंदा सीगा पर जो मंदिर का मूह घूम गया अपने पहला मूह पछम वल हो गया। दूजी निशानी की है कि इहदे तुसीं सामने देखे पिछली साइड ते एक तालाब बनया होगा ठीक है ना उन्होंने पार्वती तालाब कहते शायद पार्वती तालाब कहते तालाब होंगे ना ये मंदिर के फ्रंट गेट के सामने होंगे मतलब कि जो ये मंदिर पहला सही होंगे सी है ना उदो ये तालाब मंदिर के सामने बनाया गया सीगा पर जो मंदिर घूम गया फिर ऑटोमैटिक जो तालाब ये पिछली साइड से आ गया ये तो पता लगता कि मंदिर का मूह घूमया है मंदिर का मूह घूम सच्ची परमात्मा ने मूह जो घुमाता सीगा मंदिर का अज भी मंदिर का मूह उसे तरफ ही उधर नहीं दिखाया ना भगत नामदेव जी जिथे अस्थान उत्थे तुहानू देख लिया तुसीं सामने ते सो इह सीगा इस मंदिर दा इतिहास। होप करदे तुहानू वधिया लगा होगा जे वधिया लगा ब्लॉग ते लाइक कमेंट करके दस्सो जे किसे नूं कोई क्वेश्चन आ तां कमेंट विच बॉक्स विच पुछ लिओ हाँ हो सकदा असीं गलत वी हो सकदे आ असीं वी सानूं असीं वी इन्ने परफेक्ट नहीं हैगे ते जे भुल चुक होई तां माफ असीं वी इत्थे ही सुणिया इतिहास जो सुणिया हाँ ते कदे पढ़िया नहीं हैगा मैं सुण के दस रहा तुहानू जो दस रहा ते जे तुहानू कोई गल लगी आ सानूं जरूर कमेंट सैक्शन विच दस्सिओ ते बाकी हाथ बन के माफी आ जे कोई गलत बोल चुके हैं। चलो ठीक है जी हुण असीं जाने आ वापस हजूर साहब वालू ते जाके सरांज रेस्ट करदे हां मनवीर थम्स अप प्रीतिया तू गड़ों गड़ों हो रही है।
कल्चर यार थोड़ा जहा इन्हों का पता नहीं की है सू समझ नहीं लगन दी पर फिर भी मैं चल दिखा दें ब्लॉग च इधरले शहर देना। ये क्या हो रहा है, ये क्या चीज है, क्या मतलब जे कोई धार्मिक है? अच्छा पूजा वगैरह हो रही है। अच्छा सो ये है संगता। ओ देखो अगे जा रहे हैं सड़क उधरले बन्ने। तो ये है उन्होंने बाबा जी की मूर्ति। वाहगुरु जी, ये गुरुद्वारा जन्म स्थान भगत बाबा नामदेव जी का। मत्था टेक आता है वो कर दे, चाह का प्याला पीन गए हैं। ठीक है जी, तो बाकी हुण जाने हैं वापसी। देखते कोई होर गुरुद्वारा साहब गए तो जरूर तुम दर्शन करावे। ना आज इतने ना तुम पुराना दरवाजा से इतने ग्रीन कलर का, उदो इतने फोटो करा गए थे बहुत टाइम पहले की गल, 6-7 साल पहले की। हम आए हैं भगत नामदेव जी के पिंड, तो हूँ तुम अंदर जाके उन्होंने घर के अंदर जाके दर्शन कराने। थोड़ी मार्केट जी बनी है कि सबसक्राइबर तो जी हम जाने घर वाल अंदर जाके तुम दिखाने आ एरिया वा ना तो बहर लगता वा घर के नाल जिदा उ पुराने टाइम पुराने टाइम का नहीं कह सकते थोड़े हाँ हाँ देख सकते हाँ ज्यादा डिवेलप नहीं है एरिया यार सारे तो महाराष्ट्र वाल उधर कर्नाटका वाल ज्यादा नैट इशू भी है वा। देखो लिखा बाबा जी का घर इधर आ बाबा जी का घर लिखा हुआ। देखो क्या नाम स्थान बाबा जी का घर। ठीक है जी मत्था टेको मत्था टेक के देखो घर देख सकते तुम उधर दी लंग आ घर बनया हुआ जी घर सच्चे देख सकते तुम तस्वीर लगिया हुई हाँ देख सकते तुम अंदर जी सच्चे पातशाह वाहेगुरु जी। दो मिनट पैसे कट लिए वाहेगुरु सच्चे पातशाह। देखो तुसी छोटा जिहा घर दरवाजा बाहर निकलन नूं तस्वीर लगिया हुई घर बनया हुआ रेंदे सी देख सकते हैं। देखो मित्रों गुरुद्वारा अपने बाबा जी के घर के बाहर ही सामने ना बहुत सोहना व्यू आ घर का ना पुराना स्टाइल जहा तो मैं तुम अंदर जाके दिखावा यार अंदर नहीं यार जाना नहीं मैं अंदर बैठे उदा चलो कोई ना बहुत सोहना यार मतलब ना पुराना पुराना जहा पेंट टाइप आ घर देखो किन्ने वधिया बने हुए आ तो ठीक है जो तो वैदर बहुत सोहना यार हो हम कुछ देखते हैं खाने लेने कुछ तो फिर खा के हम वापस एक तुंबा वजदा वा उ दिखावे वह भी ठीक है जी। ये है वह तप स्थान भगत नामदेव जी का जिथे वह भगती करते थे। ठीक है जी इतने मत्था टेक लिया अंदर तो हूँ अस जाने वापस न अपनी सराह वालू टाइम भी 4-5 बजे चलिया हूँ तो धुप भी निकल आई थोड़ा मौसम भी हवा तो चलती उदा पर फिर भी ना गर्मी तो लगती है हूँ असी लैना तो इतना कुछ नहीं है सब महंगा ही है ना ना बर्फी नहीं तो हूँ बस जाने वापस सराल। ठीक है जी तुम्हारा तुम्हारा नाम क्या है क्या कृष्णा नाम है ब्लॉग में देखना ठीक है ओके। Thank you.